ਜਸ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਜੀ ਆਇਆਂ ਨੂੰ। ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਵਾਲੀਆ, ਲੈ ਕੇ ਹਾਜ਼ਰ ਹਾਂ ਤੁਹਾਡਾ ਆਪਣਾ ਸ਼ੋਅ, ਤੁਹਾਡਾ ਹਰਮਨ ਪਿਆਰਾ ਸ਼ੋਅ। ਅੱਜ ਦਾ ਮੁੱਦਾ, ਯੂਕੇ ਅਤੇ ਯੂਰੋਪ ਦੇ ਵਿੱਚ ਸਾਰੇ ਵੀਅਰਸ ਨੂੰ ਮੇਰੀ ਤਰਫੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦਰਸ਼ਕੋਂ, ਸਾਡਾ ਟੀਚਰ ਰਹਿੰਦਾ ਕਿ ਇਸ ਪ੍ਰੋਗਰਾਮ ਦੇ ਜ਼ਰੀਏ ਅਸੀਂ ਉਹਨਾਂ ਮਸਲਿਆਂ ਦੇ ਉੱਤੇ ਵਿਚਾਰ ਵਟਾਂਦਰਾ ਕਰ ਸਕੀਏ ਜੋ ਕਿ ਨੈਸ਼ਨਲ ਅਤੇ ਇੰਟਰਨੈਸ਼ਨਲ ਪਲੇਟਫਾਰਮ ਦੇ ਉੱਤੇ ਗੰਭੀਰ ਮੁੱਦੇ ਬਣੇ ਹਨ। ਔਰ ਜਦ ਉਹ ਮਸਲੇ ਇੰਨੇ ਪੱਕ ਜਾਂਦੇ ਹਨ ਤਾਂ ਫਿਰ ਸਾਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਤੁਹਾਡੇ ਸਾਹਮਣੇ ਉਹਨਾਂ ਦੀ ਪੇਸ਼ਕਸ਼, ਉਹਨਾਂ ਦੇ ਤਰਕ, ਉਹਨਾਂ ਦੇ ਉੱਤੇ ਆਰੋਪ ਪ੍ਰਤਿਆਰੋਪ ਦੀ ਹੋ ਰਹੀ ਸਿਆਸਤ ਨੂੰ ਤੁਹਾਡੇ ਸਾਹਮਣੇ ਲੈ ਕੇ ਆਇਆ ਜਾਏ ਤਾਂ ਕਿ ਤੁਸੀਂ ਉਹਦਾ ਕੰਕਲੂਜਨ ਕੱਢ ਕੇ ਸਾਨੂੰ, ਸਾਡੇ ਨਾਲ ਵਿਚਾਰ ਤੁਸੀਂ ਆਪਣੇ ਸ਼ੇਅਰ ਕਰਦੇ ਹੋ। ਔਰ ਬਹੁਤ ਖੁਸ਼ੀ ਹੁੰਦੀ ਹੈ ਕਿ ਜਦ ਤੁਸੀਂ ਸਾਨੂੰ ਮੇਲ ਲਿਖ ਕੇ ਆਪਣੇ ਫੀਡਬੈਕਸ ਭੇਜਦੇ ਹੋ ਔਰ ਜਦ ਤੁਸੀਂ ਫੋਨ ਕਰਕੇ ਆਪਣੀ ਗੱਲ ਸਾਡੇ ਸਾਹਮਣੇ ਰੱਖਦੇ ਹੋ, ਸਾਨੂੰ ਵੀ ਹੌਸਲਾ ਸਾਡਾ ਵੱਧ ਜਾਂਦਾ ਹੈ ਕਿਉਂਕਿ ਸਾਡੀ ਡੈਡੀਕੇਸ਼ਨ ਤੁਸੀਂ ਹੀ ਹੋ। ਔਰ ਜਦ ਤੁਸੀਂ ਹਰ ਮੁੱਦੇ ਦੇ ਮੁਤਲਕ ਆਪਣੇ ਵਿਚਾਰ ਸਾਡੇ ਨਾਲ ਸਾਂਝਾ ਕਰਦੇ ਹੋ ਤਾਂ ਫਿਰ ਅਸੀਂ ਹੋਰ ਮੋਟੀਵੇਟ ਹੋ ਜਾਂਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਇਹ ਅਸੀਂ ਮੁੱਦਾ ਤੁਹਾਡੇ ਸਾਹਮਣੇ ਰੱਖਿਆ ਸੀਗਾ, ਹੁਣ ਇਸ ਦੀ ਜੜ੍ਹ ਤੱਕ ਜਾਈਏ ਕਿਉਂਕਿ ਸਾਡੇ ਨਾਲ ਸਾਡੇ ਵਿਊਅਰਸ ਨੇ, ਸਾਡੇ ਨਾਲ ਯੂਕੇ ਅਤੇ ਯੂਰੋਪ ਦੇ ਵਿੱਚ ਵੱਸਦੇ ਜਸ ਪੰਜਾਬੀ ਵੇਖਣ ਵਾਲੇ ਸਾਡੇ ਵਿਊਅਰ ਸਾਡੇ ਨਾਲ ਜੁੜੇ ਹੋਏ ਨੇ। ਔਰ ਸਰ, ਜਦ ਤੁਸੀਂ ਸਾਨੂੰ ਹੌਸਲਾ ਦਿੰਦੇ ਹੋ ਤਾਂ ਅਸੀਂ ਵੀ ਕੋਸ਼ਿਸ਼ ਕਰਦੇ ਹਾਂ ਕਿ ਤੁਹਾਡੇ ਸਾਹਮਣੇ ਨਿਰਪੱਖ ਪੱਤਰਕਾਰਿਤਾ ਕਰਕੇ ਨਿਰਪੱਖ ਖਬਰ ਦਿਖਾਈਏ। ਔਰ ਬਹੁਤ ਮਾਣ ਮਹਿਸੂਸ ਹੁੰਦਾ, ਬਹੁਤ ਅੱਛਾ ਲੱਗਦਾ, ਬਹੁਤ ਵਧੀਆ ਲੱਗਦਾ ਜਦ ਤੁਸੀਂ ਸਾਡੀ ਹੌਸਲਾ ਅਫਜ਼ਾਈ ਕਰਦੇ ਹੋ। ਸਾਡੀ ਟੀਮ, ਜਿਹੜੀ ਬੈਕਐਂਡ ਟੀਮ ਮੇਰੇ ਨਾਲ ਕੰਮ ਕਰਦੀ ਹੈ, ਉਹ ਵੀ ਬਹੁਤ ਮੋਟੀਵੇਟ ਹੁੰਦੀ ਹੈ ਕਿ ਯੂਕੇ ਅਤੇ ਯੂਰੋਪ ਦੇ ਵਿੱਚ ਵੱਸਦੇ ਸਾਡੇ ਵਿਊਅਰਸ ਅੱਜ ਦਾ ਮੁੱਦਾ ਵੇਖ ਕੇ ਆਪਣੀ ਗੱਲ ਰੱਖਦੇ ਨੇ, ਕੰਕਲੂਜਨ ਕਰਦੇ ਨੇ, ਫਿਰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਹੁਣ ਇਹਦੀ ਜੜ੍ਹ ਤੱਕ ਜਾਈਏ ਇਸ ਖਬਰ ਦੀ। ਕੱਲ੍ਹ ਮੈਂ ਤੁਹਾਡੇ ਸਾਹਮਣੇ ਮੁੱਦਾ ਲੈ ਕੇ ਆਇਆ ਸੀਗਾ, ਅਸੀਂ ਗੱਲ ਕੀਤੀ ਸੀਗੀ ਡੋਪ ਟੈਸਟ ਬਾਰੇ। ਡੋਪ ਟੈਸਟ ਨੂੰ ਲੈ ਕੇ ਜਿਹੜਾ ਭੁਚਾਲ ਆਇਆ ਉਹ ਵੀ ਸਭ ਤੋਂ ਪਹਿਲਾਂ ਅੱਜ ਦੇ ਮੁੱਦੇ ਦੇ ਵਿੱਚ, ਯਾਨੀ ਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਏ ਸੀਗੇ। ਕਿਸੇ ਵੀ ਮੀਡੀਆ ਹਾਊਸ ਨੇ ਉਹਨੂੰ ਪਹਿਲਾਂ ਨਹੀਂ ਖਬਰ ਕੀਤਾ ਸੀਗਾ, ਉਹਦੇ ਉੱਤੇ ਕੋਈ ਇੰਨੀ ਡੂੰਗੀ ਜਿਹੜੀ ਹੈ ਗੱਲ ਨਹੀਂ ਦੇਖਣ ਨੂੰ ਮਿਲੀ ਸੀਗੀ, ਲੇਕਿਨ ਜਦ ਕੱਲ੍ਹ ਅਸੀਂ ਇਹਨੂੰ ਲੈ ਕੇ ਆਏ ਤਾਂ ਪੰਜਾਬ ਦੀ ਸਿਆਸਤ ਦੇ ਵਿੱਚ ਭੁਚਾਲ ਆ ਗਿਆ। ਜਦ ਦੂਜੇ ਮੀਡੀਆ ਹਾਊਸਿਸ ਨੇ ਵੀ ਖਬਰ ਨੂੰ ਚੱਕਣਾ ਸ਼ੁਰੂ ਕੀਤਾ ਡੋਪ ਟੈਸਟ ਵਾਲੇ ਬਿਆਨ ਨੂੰ, ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਨੂੰ, ਉਸ ਤੋਂ ਬਾਅਦ ਸਿਆਸਤ ਭਖਦੀ ਹੋਈ ਨਜ਼ਰ ਆਈ ਪੰਜਾਬ ਦੇ ਵਿੱਚ। ਲੇਕਿਨ ਕੱਲ੍ਹ ਜਦ ਤੁਸੀਂ ਸਾਨੂੰ ਫੋਨ ਕੀਤੇ ਔਰ ਆਪਣੇ ਤੁਸੀਂ ਜਿਹੜੀ ਗੱਲ ਸਾਡੇ ਨਾਲ ਸਾਂਝਾ ਕੀਤੀ, ਸਾਨੂੰ ਬਹੁਤ ਬਹੁਤ ਬਹੁਤ, ਮੈਂ ਜਿੰਨਾ ਬਹੁਤ ਬੋਲਾਂਗਾ ਉਨਾ ਘੱਟ ਹੈ, ਸਾਨੂੰ ਇੰਨੀ ਪਾਵਰ ਮਿਲੀ ਕਿ ਅਸੀਂ ਇਸ ਖਬਰ ਦੇ ਉੱਤੇ ਹੁਣ ਪਹਿਰਾ ਦੇਣਾ। ਔਰ ਸਾਡੀ ਪੂਰੀ ਟੀਮ ਜੁਟ ਗਈ ਇਸ ਖਬਰ ਦੇ ਉੱਤੇ, ਸਾਡੀ ਪੂਰੀ ਟੀਮ ਨੇ ਨਿਚੋੜ ਕੱਢਿਆ ਔਰ ਸਾਰੇ ਸਿਆਸਤਦਾਨਾਂ ਦੀ ਪ੍ਰਤੀਕਿਰਿਆ ਲੈਣੀ ਸ਼ੁਰੂ ਕੀਤੀ, ਚਾਹੇ ਉਹ ਪੰਜਾਬ ਦੇ ਕੈਬਨਿਟ ਮਿਨਿਸਟਰ ਹੋਣ, ਪੰਜਾਬ ਦੇ ਵਿਰੋਧੀ ਧਿਰ ਹੋਣ। ਸਾਡੀ ਜ਼ਿੰਮੇਵਾਰੀ ਬਣ ਗਈ ਹੁਣ ਇਸ ਖਬਰ ਦੇ ਮੁਤਲਕ ਅਸੀਂ ਪੂਰੀ ਜੜ੍ਹ ਤੱਕ ਜਾਈਏ। ਲੇਕਿਨ ਜੇਕਰ ਅਸੀਂ ਪੰਜਾਬ ਦੇ ਵਿੱਚ ਨਸ਼ਿਆਂ ਦੀ ਗੱਲ ਕਰਦੇ ਹਾਂ ਤਾਂ ਸਾਡਾ ਦਿਲ ਔਰ ਸਾਡਾ ਦਿਮਾਗ ਜ਼ਰੂਰ, ਦਿਲ ਸਾਡਾ ਇੰਨਾ ਨਰਮ ਹੋ ਜਾਂਦਾ ਉਹਨਾਂ ਨੂੰ ਵੇਖ ਕੇ ਜਿਹੜੇ ਨੌਜਵਾਨ ਨਸ਼ਿਆਂ ਦੇ ਵਿੱਚ ਲੀਨ ਹੋ ਚੁੱਕੇ ਨੇ। ਔਰ ਫਿਰ ਸਾਡਾ ਜ਼ਿਹਨ ਕੰਮ ਕਰਦਾ ਕਿ ਕਿਉਂ ਨਾ ਅਸੀਂ ਇਹਨਾਂ ਦੇ ਲਈ ਕੁਛ ਕਰੀਏ। ਤੁਸੀਂ ਸਾਨੂੰ ਰਾਏ ਦਿੱਤੀ ਕਿ ਜੜ੍ਹ ਜਿਹੜੀ ਹੈ ਉਹਨੂੰ ਪੁੱਟਣਾ ਪਏਗਾ, ਜੇਕਰ ਜੜ੍ਹ ਅਸੀਂ ਪੁੱਟ ਲਈ ਤਾਂ ਮੈਨੂੰ ਲੱਗਦਾ ਨਸ਼ਾ ਪੰਜਾਬ ਦੇ ਵਿੱਚ ਖਤਮ ਹੋ ਜਾਏਗਾ। ਲੇਕਿਨ ਡੋਪ ਟੈਸਟ ਜਿਹੜੀ ਹੈ ਉਹਨੇ ਵੀ ਸਿਆਸਤ ਮਚਾਉਣੀ ਹੁਣ ਪੰਜਾਬ ਦੇ ਵਿੱਚ ਸ਼ੁਰੂ ਕਰਤੀ ਹੈ, ਇੱਕ ਨਵੀਂ ਖਲਬਲੀ ਪੰਜਾਬ ਦੇ ਵਿੱਚ ਮਚ ਗਈ ਹੈ। ਔਰ ਖਲਬਲੀ ਸਿਰਫ ਪੰਜਾਬ ਦੇ ਵਿੱਚ ਹੀ ਨਹੀਂ ਬਣੀ ਬਲਕਿ ਆਲੇ ਦੁਆਲੇ ਦੀ ਜਿਹੜੀ ਸਟੇਟ ਹੈ ਉੱਥੇ ਵੀ ਮਚੂਗੀ, ਔਰ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਖਲਬਲੀ ਮਚ ਜਾਣੀ ਹੈ ਇਸ ਖਬਰ ਨੂੰ ਲੈ ਕੇ। ਔਰ ਜਦ ਕੱਲ੍ਹ ਅਸੀਂ ਤੁਹਾਡੇ ਸਾਹਮਣੇ ਇਹ ਮੁੱਦਾ ਰੱਖਿਆ ਸੀਗਾ, ਇਹ ਮੁੱਦਾ ਵਾਕੇ ਹੀ ਆਵਾਜ਼ ਬਣਿਆ ਭਾਰਤ ਦੇ ਵਿੱਚ ਔਰ ਖਾਸ ਤੌਰ 'ਤੇ ਪੰਜਾਬ ਦੇ ਵਿੱਚ, ਫਿਰ ਸਾਡੀ ਟੀਮ ਨੇ ਸ਼ੁਰੂ ਕੀਤਾ ਆਪਣਾ ਕੰਮ ਔਰ ਲੈਣੀਆਂ ਸ਼ੁਰੂ ਕੀਤੀਆਂ ਪ੍ਰਤੀਕਿਰਿਆਵਾਂ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਕੱਲ੍ਹ ਜਦ ਅਸੀਂ ਇਸ ਮੁੱਦੇ ਨੂੰ ਕਰ ਰਹੇ ਸੀਗੇ ਤੁਹਾਡੀ ਕਾਫੀ ਫੋਨ ਕਾਲਸ ਆ ਰਹੀ ਸੀਗੀ, ਲੇਕਿਨ ਕਈ ਫੋਨ ਕਾਲਸ ਮੈਂ ਨਹੀਂ ਚੱਕ ਪਾਇਆ ਕਿਉਂਕਿ ਤੁਸੀਂ ਬਹੁਤ ਪਿਆਰ ਕਰਦੇ ਹੋ ਇਸ ਪ੍ਰੋਗਰਾਮ ਨੂੰ, ਬਹੁਤ ਪਿਆਰ ਕਰਦੇ ਹੋ ਸਾਡੇ ਮੁੱਦਿਆਂ ਨੂੰ ਅਤੇ, ਲੇਕਿਨ ਅੱਜ ਮੈਂ ਚਾਹਾਂਗਾ ਕਿ ਜਿਹੜੇ ਕਾਲਰਸ ਮੈਨੂੰ ਕੱਲ੍ਹ ਕਾਲ ਕਰਕੇ ਆਪਣੀ ਗੱਲ ਨਹੀਂ ਕਹਿ ਪਾਏ ਉਹ ਰੱਖ ਸਕਦੇ ਨੇ, ਔਰ ਅੱਜ ਮੈਂ ਕੁਛ ਤੁਹਾਨੂੰ
होमवर्क दिखा रहे हैं कि जो साड़ी टीम ने होमवर्क किया है, और उस तो बाद मैं तुहाडी राय भी जरूर लवांगा, लेकिन मैं तुहानू दिखाना कि अजकल चल की रहा पंजाब दे विच, और खास तौर पर जदकल असी यह मुद्दा चुकिया उस तो बाद किवें सियासत जिहड़ी है उह भखी पंजाब दे विच, और आरोप प्रत्यारोप की जिहड़ी राजनीति है वह शुरू हो गई। सब तो पहलां तृप्त राजेंद्र बाजवा अते अमन अरोड़ा, इन्हां दे विच घमासान मचिया, देखते हैं यह रिपोर्ट। ਨਸ਼ਿਆਂ ਤੇ ਪੰਜਾਬ 'ਚ ਚੱਲ ਰਹੇ ਘਮਸਾਣ ਵਿਚਾਲੇ ਹੁਣ ਨਵਾਂ ਮੋੜ ਆ ਗਿਆ ਅਤੇ ਉਹ ਹੈ ਡੋਪ ਟੈਸਟ। ਹਾਲਾਂਕਿ ਮੁੱਖ ਮੰਤਰੀ ਨੇ ਡੋਪ ਟੈਸਟ ਦਾ ਫਰਮਾਨ ਤਾਂ ਸਰਕਾਰੀ ਮੁਲਾਜ਼ਮਾਂ ਲਈ ਜਾਰੀ ਕੀਤਾ ਸੀ, ਪਰ ਹੁਣ ਸਿਆਸੀ ਆਗੂਆਂ ਵਿਚਾਲੇ ਡੋਪ ਜੰਗ ਛਿੜ ਗਈ ਹੈ, ਜਿਸ 'ਚ ਸਭ ਤੋਂ ਪਹਿਲਾਂ ਕੁੱਦਦਿਆਂ ਆਪ ਦੇ ਹਲਕਾ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਆਪਣਾ ਡੋਪ ਟੈਸਟ ਕਰਵਾਇਆ। ਹਾਲਾਂਕਿ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਵੀ ਡੋਪ ਟੈਸਟ ਕਰਾਉਣ ਲਈ ਪਹੁੰਚੇ ਸਨ, ਪਰ ਬਾਜਵਾ ਨੂੰ ਮੈਡੀਕਲ ਕਾਰਨਾਂ ਕਰਕੇ ਡਾਕਟਰਾਂ ਨੇ 3 ਦਿਨ ਬਾਅਦ ਆਉਣ ਦੀ ਘੱਲ ਆਖੀ ਹੈ। ਉਧਰ ਪਠਾਨਕੋਟ ਤੋਂ ਕਾਂਗਰਸੀ ਵਿਧਾਇਕ ਜੋਗਿੰਦਰਪਾਲ ਸਿੰਘ ਨੇ ਵੀ ਡੋਪ ਟੈਸਟ ਕਰਵਾਇਆ ਅਤੇ ਉਹਨਾਂ ਦੇ ਟੈਸਟ ਦਾ ਨਤੀਜਾ ਵੀ ਨੈਗੇਟਿਵ ਆਇਆ। ਮੋਗਾ ਤੋਂ ਕਾਂਗਰਸੀ ਵਿਧਾਇਕ ਹਰਜੋਤ ਕਵਲ ਨੇ ਵੀ ਡੋਪ ਟੈਸਟ ਕਰਵਾਇਆ। ਇੱਕ ਹੀਰੋਇਨ ਫੜਨ ਵਾਲੇ ਦੇ ਬੁੱਝ 'ਚ ਆਪਣੇ 'ਚ ਹੀਰੋਇਨ ਹੋਵੇ ਤਾਂ ਉਹ ਫਿਰ ਕਿਸੇ ਨੂੰ ਕੀ ਫੜੂਗਾ, ਉਹਦਾ ਕੀ ਮਾਰਲ ਰਾਈਟ ਹੈ। ਫਿਰ ਮੇਰੇ ਆਪਣੇ ਵੀ ਮਨ 'ਚ ਆਇਆ, ਮੇਰੀ ਜ਼ਮੀਰ ਨੇ ਆਵਾਜ਼ ਦਿੱਤੀ ਕਿ ਮੈਨੂੰ ਪਹਿਲਾਂ ਆਪਣਾ ਕਰਾਉਣਾ ਚਾਹੀਦਾ ਬਜਾਏ ਕਿ ਮੈਂ ਕਿਸੇ ਨੂੰ ਸੁਜੈਸਟ ਕਰਾਂ। ਮੈਂ ਉਹ ਕਰਾਉਣ ਲਈ ਅੱਜ ਆਇਆ। ਮੇਰੀ ਕੁਝ ਮੈਨੂੰ ਕੀ ਟਰਾਈ ਐਨਰਜੀ ਆ, ਮੈਨੂੰ ਪਤਾ ਬਿਮਾਰੀ ਕੀ ਹੈਗਾ, ਰੈਸ਼ ਹੈ, ਦੰਦ ਦਾ ਇਲਾਜ ਚੱਲ ਰਿਹਾ, ਬੁਲਤੀ ਸੁਜਾ ਦੇਖ ਰਹੇ ਹੋ, ਇਹਦੀਆਂ ਦਵਾਈਆਂ ਚੱਲ ਰਹੀਆਂ। ਇਹਨਾਂ ਮੈਨੂੰ ਮੰਡੇ ਦਾ ਟਾਈਮ ਦਿੱਤਾ। ਹਾਂ, ਮੈਂ ਕੋਸ਼ਿਸ਼ ਕਰਾਂ ਮੰਡੇ, ਨਹੀਂ ਤਾਂ ਮੈਂ ਕਾਜ਼ੀ ਆਉਣਾ, ਮੈਂ ਵੈਨਸਡੇ ਇੱਥੇ ਆ ਕੇ ਟੈਸਟ ਕਰਾਂ। ਕੱਲ ਇੱਕ ਫੈਸਲਾ ਸੁਣਾਇਆ ਕਿ ਸਾਰੇ ਜੋ ਸਰਕਾਰੀ ਮੁਲਾਜ਼ਮ ਹੈ ਉਨ੍ਹਾਂ ਡੋਪ ਟੈਸਟ ਹੋਣੇ ਚਾਹੀਏ। ਮੈਂ ਉਮੀਦ ਤੋਂ ਇਹ ਕਰਤਾ ਥਾ ਕਿ ਕੈਪਟਨ ਅਮਰਿੰਦਰ ਸਿੰਘ ਖੁਦ ਆਏਗੇ, ਟੈਸਟ ਕਰਾਏਗੇ, ਔਰ ਉਸ ਸੇ ਇੱਕ ਬੜਾ ਕਲੀਅਰ ਐਂਡ ਲਾਊਡ ਮੈਸੇਜ ਬੜਾ ਨੀਚੇ ਤੱਕ ਚਲਾ ਜਾਏਗਾ, ਹਰ ਕੋਈ ਆਪਣੇ ਆਪ ਡੋਪ ਟੈਸਟ ਕਰਾਏਗਾ। ਜੋ ਵੀ MLA ਜਾਂ ਮਿਨਿਸਟਰ ਜਾਂ ਕੋਈ ਸਰਕਾਰੀ ਮੁਲਾਜ਼ਮ ਹੈ, ਉਹ ਨਹੀਂ ਆਏ ਕੋਈ ਬਾਤ ਨਹੀਂ। ਆਮ ਆਦਮੀ ਪਾਰਟੀ ਪੰਜਾਬ ਕੇ ਨੌਜਵਾਨੋਂ ਕੀ ਜਿਸ ਤਰ੍ਹਾਂ ਸੇ ਆਜ ਖਤਮ ਹੋ ਰਹੇ ਹੈ, ਉਸਕੋ ਉਸਕੇ ਲਈ ਇੱਕ ਬੜੀ ਮੁਹਿੰਮ ਹਮਨੇ ਛੇੜੀ ਹੋਈ ਹੈ। ਮੈਂ ਸਮਝਦਾ ਹੂੰ ਕਿ ਮੈਨੇ ਆਪਣੀ ਜ਼ਿੰਮੇਵਾਰੀ ਸਮਝੀ ਕਿ ਸਭ ਸੇ ਪਹਿਲੇ ਮੈਨੇ ਆਪਣੇ ਆਪ ਕੋ ਆਫਰ ਕੀਆ, ਔਰ ਆਜ ਆ ਕੇ ਮੈਂ ਇਹ ਡੋਪ ਟੈਸਟ ਕਰਾ ਕੇ ਜਾ। ਗੌਰਤਲਬ ਹੈ ਕਿ ਨਸ਼ਿਆਂ ਦੇ ਮਾਮਲੇ ਤੇ ਚਾਰੇ ਪਾਸਿਓਂ ਘਿਰੇ ਪੰਜਾਬ ਦੇ ਮੁੱਖ ਮੰਤਰੀ ਨੇ ਬੁੱਧਵਾਰ ਨੂੰ ਫਰਮਾਨ ਜਾਰੀ ਕਰਦਿਆਂ ਕਿਹਾ ਸੀ ਕਿ ਸਾਰੇ ਸਰਕਾਰੀ ਮੁਲਾਜ਼ਮਾਂ ਦਾ ਡੋਪ ਟੈਸਟ ਲਾਜ਼ਮੀ ਹੋਵੇਗਾ, ਪਰ ਵੱਡਾ ਸਵਾਲ ਹੈ ਕਿ ਸਿਰਫ ਸਰਕਾਰੀ ਮੁਲਾਜ਼ਮਾਂ ਦਾ ਹੀ ਡੋਪ ਟੈਸਟ ਕਿਉਂ, ਅਤੇ ਡੋਪ ਟੈਸਟ ਕਿੰਨਾ ਲਾਜ਼ਮੀ ਹੈ ਅਤੇ ਹੁਣ ਤੁਸੀਂ ਤੈਅ ਕਰੋਗੇ, ਔਰ ਤੁਸੀਂ ਤੈਅ ਕਰ ਵੀ ਰਹੇ ਹੋ ਸਾਡੇ ਨਾਲ। ਅਸੀਂ ਮੁਹਿੰਮ ਸ਼ੁਰੂ ਕੀਤੀ ਹੈ ਕਿ ਜਿਹੜੇ ਸਰਕਾਰੀ ਅਫਸਰਾਂ ਨੂੰ ਕਿਹਾ ਜਾ ਰਿਹਾ ਕਿ ਤੁਸੀਂ ਆਪਣਾ ਡੋਪ ਟੈਸਟ ਕਰਾਓ, 3.5 ਲੱਖ ਜਿਹੜੇ ਸਾਡੇ ਸਰਕਾਰੀ ਮੁਲਾਜ਼ਮ ਨੇ ਉਹਨਾਂ ਨੂੰ ਹੁਣ ਅਪੀਲ ਕੀਤੀ ਹੈ ਕੈਪਟਨ ਅਮਰਿੰਦਰ ਸਿੰਘ ਨੇ ਕਿ ਤੁਸੀਂ ਆਪਣਾ ਡੋਪ ਟੈਸਟ ਕਰਾਓ। ਲੇਕਿਨ ਜੇਕਰ ਮੈਂ ਅਮੈਰੀਕਾ ਦੀ ਗੱਲ ਕਰਾਂ ਤਾਂ ਇੱਥੇ ਜਿਹੜਾ ਇੰਪਲੋਈ ਹੈ ਜਦ ਉਹ ਕਿਸੇ ਵੀ ਸਰਕਾਰੀ ਨੌਕਰੀ ਦੇ ਵਿੱਚ ਸ਼ਾਮਿਲ ਹੁੰਦਾ ਜਾਂ ਫਿਰ ਉਹਨੂੰ ਹਾਇਰ ਕੀਤਾ ਜਾਂਦਾ ਤਾਂ ਉਹਦਾ ਵੀ ਡੋਪ ਟੈਸਟ ਇੱਥੇ ਹੁੰਦਾ, ਅਤੇ ਉਹੀ ਤਜਵੀਜ਼ ਜਿਹੜੀ ਹੈ ਜਿਹੜੀ ਬਾਹਰ ਦੇ ਮੁਲਕਾਂ ਦੇ ਵਿੱਚ ਚੱਲਦੀ ਹੈ ਉਹ ਕੈਪਟਨ ਅਮਰਿੰਦਰ ਸਿੰਘ ਨੇ ਕੈਬਨਿਟ ਦੇ ਸਾਹਮਣੇ ਰੱਖੀ, ਔਰ ਵਿਰੋਧੀ ਧਿਰ ਨੇ ਤੰਜ ਕੱਸਦੇ ਹੋਏ ਇਸ ਮੁਹਿੰਮ ਦੇ ਉੱਤੇ ਉਹਨਾਂ ਦੀ ਸ਼ੁਰੂ ਆਏ ਕਿ ਪਹਿਲਾਂ ਤਾਂ ਤੁਸੀਂ ਆਪਣੇ 117 ਵਿਧਾਇਕਾਂ ਦੀ, ਆਪਣੇ ਸੰਸਦੀ ਮੈਂਬਰਾਂ ਦੀ ਕਰਾਓ, ਉਸ ਤੋਂ ਬਾਅਦ ਸਰਕਾਰੀ ਮੁਲਾਜ਼ਮਾਂ ਦਾ ਕਰਾਉਣਾ, ਪਹਿਲੇ ਜਿਹੜੇ ਤੁਹਾਡੇ ਸਿਆਸਤਦਾਨ ਨੇ ਜਿਹੜਾ ਪਹਿਰਾ ਦੇ ਰਹੇ ਨੇ ਕਿ ਪੰਜਾਬ ਦੇ ਵਿੱਚ ਨਸ਼ਾ ਖਤਮ ਹੋਣਾ ਚਾਹੀਦਾ, ਪਹਿਲੇ ਉਹਨਾਂ ਦੇ ਕਰਾਉਣੇ ਚਾਹੀਦੇ ਨੇ। ਵਿਰੋਧੀ ਧਿਰ ਲਗਾਤਾਰ ਤੰਜ ਕੱਸਦਾ ਹੋਇਆ ਨਜ਼ਰ ਆਇਆ, ਕੀ ਕੁਝ ਤੰਜ ਕੱਸੇ ਵਿਰੋਧੀ ਧਿਰ ਨੇ ਉਹ ਵੀ ਅਸੀਂ ਇੱਕ ਵਾਰੀ ਸੁਣ ਲੈਂਦੇ ਹਾਂ ਬਾਦਲ ਹੋਰਾਂ ਦੇ ਬਿਆਨ। ਪੰਜਾਬ 'ਚ ਇਸ ਵੇਲੇ ਨਸ਼ੇ ਦਾ ਮੁੱਦਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਜਿੱਥੇ ਵਿਰੋਧੀ ਅਕਸਰ ਹਰ ਮੁੱਦੇ ਤੇ ਸਿਆਸਤ ਕਰਦੇ ਨੇ, ਉੱਥੇ ਇਸ ਵਾਰ ਪਹਿਲੀ ਵਾਰ ਅਕਾਲੀ ਦਲ ਨੇ ਨਸ਼ਿਆਂ ਦੇ ਮਾਮਲੇ ਤੇ ਸਿਆਸਤ ਨਾ ਕਰਨ ਦੀ ਗੱਲ ਆਖੀ ਹੈ। ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਹੈ ਕਿ ਇਸ ਬਿਮਾਰੀ ਨੂੰ ਜੜੋਂ ਖਤਮ ਕਰਨ ਲਈ ਸਭ ਨੂੰ ਅੱਗੇ ਆਉਣਾ ਚਾਹੀਦਾ ਹੈ। ਇਹ ਸਾਰਿਆਂ ਦਾ ਕਰਦੇ ਹੈ ਤਾਂ ਫਿਰ ਮੰਤਰੀਆਂ ਦਾ, MLA-ਆਂ ਦਾ, MP-ਆਂ ਦਾ, ਫਿਰ ਉਹਨਾਂ ਦਾ ਵੀ ਕਰਨਾ ਚਾਹੀਦਾ। ਕੀ ਫਰਕ ਹੋਊਗਾ ਜਿਹਦੇ ਨਾਲ? ਉਹ ਇੱਕ ਇਹ ਹੈ ਕਿ ਸਰਕਾਰ ਇਹ ਸ਼ੋਅ ਕਰਨਾ ਚਾਹੁੰਦੀ ਹੈ ਕਿ ਅਸੀਂ ਐਕਟਿਵਲੀ ਧਿਆਨ ਦੇ ਰਹੇ ਹਾਂ, ਲੋਕਾਂ ਨੂੰ ਹੋਰ ਇਹਦਾ ਕੁਛ ਨਹੀਂ ਹੋਣਾ। ਸਵਾਲ ਹੈ ਕਿ ਅਜਿਹੀਆਂ ਚੀਜ਼ਾਂ ਕਰਨੀ ਚਾਹੀਦੀਆਂ, ਨਸ਼ੇ ਕਿਉਂ ਹੋ ਰਹੇ ਨੇ? ਇਹਦਾ ਮੁੱਖ ਕਾਰਨ ਹੈ ਫਰਸਟ੍ਰੇਸ਼ਨ। ਨਸ਼ਾ ਉਦੋਂ ਪੀਣ ਲੱਗਦੇ ਬੱਚੇ ਜਦੋਂ ਫਰਸਟ੍ਰੇਸ਼ਨ ਹੁੰਦੇ ਹੈ, ਨੌਕਰੀ ਨਹੀਂ ਮਿਲਦੀ, ਰੁਜ਼ਗਾਰ ਨਹੀਂ ਮਿਲਦਾ। ਸਾਨੂੰ ਕੋਈ ਕਿਸੇ ਨੂੰ ਇੱਕ ਦੂਜੇ ਨੂੰ ਕ੍ਰਿਟੀਸਾਈਜ਼ ਨਾ ਕਰੀਏ, ਆਪਾਂ ਅਟੈਕ ਕਰੀਏ ਦੁਸ਼ਮਣ 'ਤੇ ਜਿਹੜਾ ਵੇਚਦਾ। ਡੋਪ ਪੋਲੀਟਿਕਸ ਜਿਹੜੀ ਚੱਲੀ ਹੈਗੀ, ਡੋਪ ਪੋਲ, ਮੈਂ ਉਹੀ ਕਹਿਣਾ ਚਾਹੁੰਦਾ, ਪੋਲੀਟਿਕਸ ਨਾ ਕਰੋ।
ਜਿਹੜੇ ਬੰਦੇ ਡੋਪ ਨਹੀਂ ਲੈਂਦੇ ਉਹਨਾਂ ਦੇ ਡੋਪ ਟੈਸਟ ਕਰਾਈ ਜਾਓਗੇ, ਉਹਦੇ ਨਾਲ ਕੋਈ ਵੱਡੀ ਪ੍ਰਭਾਵ ਪੈਂਦੀ ਹੈ? ਕੋਈ ਡੋਪ ਟੈਸਟ ਕਰਾਉਣ ਨਾਲ ਇਹਦੇ ਨਾਲ ਨਹੀਂ ਹੋਣਾ, ਆਪਾਂ ਦੁਸ਼ਮਣਾਂ ਨੂੰ ਆਇਡੈਂਟੀਫਾਈ ਕਰੀਏ, ਉਹ ਦੁਸ਼ਮਣਾਂ ਨੂੰ ਐਂਟੀ ਪੰਜਾਬ ਡਿਕਲੇਅਰ ਕਰੀਏ, ਉਹ ਦੁਸ਼ਮਣਾਂ ਨੂੰ ਪਿੰਡ ਪਿੰਡ ਵਾਸਤੇ ਉਹਨਾਂ ਨੂੰ ਆਪਣੇ ਕਮਿਊਨਿਟੀ ਤੋਂ ਐਕਸਕਮਿਊਨਿਟੀਏਟ ਕਰੀਏ ਤਾਂ ਹੱਲ ਹੋਊਗਾ। ਡੋਪ ਟੈਸਟਾਂ ਨਾਲ ਇਹਦੇ ਕਰਕੇ ਨਹੀਂ ਹੋਣਾ। ਆਲ ਦੋਸ ਪੀਪਲ ਹੂ ਪਲੇਡ ਪੋਲਿਟਿਕਸ ਔਨ ਡਰੱਗਸ, ਨਾਓ ਦੇ ਆਰ ਇਨ ਆਪੋਜੀਸ਼ਨ ਐਂਡ ਦੇ ਆਰ ਇਨ ਰੂਲਿੰਗ ਪਾਰਟੀ ਐਂਡ ਡਰੱਗਸ ਇਜ਼ ਈਵਨ ਵਰਸ ਦੈਨ ਵਾਟ ਇਟ ਵਾਸ ਦੈਨ। Our party has decided not to play this politics and show what they are doing where things have become worse. We are now giving a clarion call that let's all work together. Leader not only has to, he has to set example by himself. ਤੇ ਮੈਂ ਸਮਝਦਾ ਵੀ ਸਾਰੇ ਲੋਕਾਂ ਦਾ ਇਹਦਾ ਹੋਵੇ, ਕਿਉਂਕਿ ਲੋਕਾਂ ਦਾ ਵਿਸ਼ਵਾਸ ਉੱਠਦਾ ਜਾ ਰਿਹਾ ਸਾਰੇ ਸਿਸਟਮ ਤੋਂ। ਜਿਹੜਾ ਤੁਸੀਂ ਕਾਨੂੰਨ ਬਣਾ ਰਹੇ ਹੋ ਸਾਰਿਆਂ ਵਾਸਤੇ, ਚਾਹੇ ਉਹ ਪੁਲਿਸ ਦੀ ਵਰਦੀ ਜਿਹਨੇ ਪਾ ਰੱਖੀ ਹੈ, ਚਾਹੇ ਉਹ ਕੋਈ ਚਿੱਟਾ ਕੁੜਤਾ ਪਜਾਮਾ ਪਾ ਕੇ ਲੀਡਰ ਬਣਿਆ ਫਿਰਦਾ, ਸਾਰਿਆਂ ਨੂੰ ਦੇ ਹੈਵ ਟੂ ਬੀ ਅਬਵ ਬੋਰਡ। ਜਦੋਂ ਆਪ ਦਾ ਸਵਾਰਥ ਨਾ ਹੋਊਗਾ ਤਾਂ ਹੀ ਲੋਕਾਂ ਦਾ ਭਲਾ ਕਰ ਸਕਾਂਗੇ। ਹੋਣਾ ਚਾਹੀਦਾ ਮੰਤਰੀਆਂ ਵਿਧਾਇਕਾਂ ਦਾ। ਥੈਂਕ ਯੂ ਵੈਰੀ ਮੱਚ। ਹਰ ਸਵਾਲ ਦਾ ਜਵਾਬ ਨਹੀਂ ਹੁੰਦਾ, ਹਰ ਚਿਹਰਾ ਲਾਜਵਾਬ ਨਹੀਂ ਹੁੰਦਾ, ਦੁਬਾਰਾ ਜਾ ਕੇ ਹਰ ਗੁਲ ਪੇ ਬੈਠਦਾ, ਹਰ ਗੁਲ ਗੁਲਾਬ ਤੋਂ ਨਹੀਂ। ਡੋਪ ਟੈਸਟ ਹੋਣਾ ਚਾਹੀਦਾ ਮੰਤਰੀਆਂ ਵਿਧਾਇਕਾਂ ਦਾ। ਥੈਂਕ ਯੂ ਵੈਰੀ ਮੱਚ। ਹਰ ਸਵਾਲ ਦਾ ਜਵਾਬ ਨਹੀਂ ਹੁੰਦਾ, ਹਰ ਚਿਹਰਾ ਲਾਜਵਾਬ ਨਹੀਂ ਹੁੰਦਾ, ਦੁਬਾਰਾ ਜਾ ਕੇ ਹਰ ਗੁਲ ਪੇ ਬੈਠਦਾ। ਬਿਲਕੁਲ ਸਾਰਿਆਂ ਦੇ ਹੋਣਾ ਚਾਹੀਦਾ। ਔਰ ਇਹਦੇ ਵਿੱਚ ਨਸ਼ੇ 'ਤੇ ਜਿਹੜੀ ਬੜੀ ਵੱਡੀ ਮੈਮ ਅਕਾਲੀ ਸਾਹਿਬ ਨੇ ਵੀ ਮੀਟਿੰਗ ਕੀਤੀ ਆ, ਉਹ ਸਾਰੇ ਅਫਸਰਾਂ ਨੂੰ ਡੀ ਐੱਸ ਪੀ ਸਾਹਿਬ ਵੀ ਖੜ੍ਹੇ ਆ, ਕੋਈ ਵੀ ਸਾਡਾ ਪੋਲੀਟੀਕਲ ਬੰਦਾ ਜਾਂ ਕੋਈ ਜਿਹੜਾ ਨਸ਼ੇ 'ਤੇ ਟੈਲੀਫੋਨ ਨਹੀਂ ਕਰੂਗਾ ਔਰ ਕਿਸੇ ਨੂੰ ਛਡਾਊਗਾ ਨਹੀਂ। ਜਿਹਦਾ ਪਤਾ ਲੱਗ ਗਿਆ ਉਸ ਬੰਦੇ ਨੂੰ ਵੀ ਨਾਲ ਹੀ ਉੱਤੇ ਵੀ ਪਰਚਾ। ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਕਿਹਾ ਹੈ ਕਿ ਸਰਕਾਰੀ ਮੁਲਾਜ਼ਮਾਂ ਦੇ ਡੋਪ ਟੈਸਟ ਦੀ ਮੰਗ ਉਹ ਬਹੁਤ ਪਹਿਲਾਂ ਕਰ ਚੁੱਕੇ ਨੇ, ਜਦਕਿ ਆਪਨੇ ਕਿਹਾ ਕਿ ਸਿਰਫ ਡੋਪ ਟੈਸਟ ਕਰਵਾਉਣ ਨਾਲ ਇਹ ਮਸਲਾ ਹੱਲ ਨਹੀਂ ਹੋਵੇਗਾ। ਔਰ ਇਸੇ ਵੀ ਕਾਮ ਨਹੀਂ ਚਲੇਗਾ, ਕਾਮ ਚਲੇਗਾ ਜੋ ਪੋਲੀਟੀਸ਼ੀਅਨਸ ਕਾ, ਡਰੱਗ ਮਾਫੀਆਜ਼ ਕਾ ਔਰ ਪੁਲਿਸ ਕਾ ਨੈਕਸਸ ਬਣਾ ਹੁਆ ਹੈ। ਜਬ ਤੱਕ ਉਸਕੀ ਪੀਠ ਨਹੀਂ ਤੋੜੀ ਜਾਤੀ, ਜਬ ਤੱਕ ਬੜੀ ਮਛਲੀਆਂ ਜੋ ਇਸ ਟ੍ਰੇਡ ਕੇ ਲੀਏ ਜ਼ਿੰਮੇਵਾਰ ਹੈ ਉਨਕੋ ਪਕੜ ਕੇ ਸਲਾਖੋਂ ਕੇ ਪੀਛੇ ਨਹੀਂ ਫੇਂਕਾ ਜਾਤਾ, ਤਬ ਤੱਕ ਇਹ ਜੋ ਨੈਕਸਸ ਹੈ ਨਹੀਂ ਟੂਟੇਗਾ ਔਰ ਪੰਜਾਬ ਇਸਸੇ ਨਹੀਂ ਬਚ ਪਾਏਗਾ। ਅਤੇ ਆਪਣੇ ਆਪਣੇ ਤਰਕ ਜਿਹੜੇ ਨੇ ਵਿਰੋਧੀ ਧਿਰਾਂ ਵੱਲੋਂ ਦਿੱਤੇ ਜਾ ਰਹੇ ਨੇ। ਉਸ ਤੋਂ ਬਾਅਦ ਹਾਕਮ ਸਰਕਾਰ ਯਾਨੀ ਕਿ ਕੈਪਟਨ ਅਮਰਿੰਦਰ ਸਿੰਘ ਔਰਾਂ ਦੇ ਜਿਹੜੇ ਕੈਬਨਿਟ ਮਿਨਿਸਟਰ ਨੇ, ਕੈਪਟਨ ਸਰਕਾਰ ਕਹਿ ਰਹੀ ਹੈ ਕਿ ਡੋਪ ਟੈਸਟ ਕਰਾਂਗੇ ਅਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਏਗਾ। ਲੇਕਿਨ ਕੀ ਡੋਪ ਤੋਂ ਹੁਣ ਹੋਪ ਹੈ? ਡੋਪ ਮਿਟਾਏਗਾ ਪੰਜਾਬ ਦੇ ਵਿੱਚ ਨਸ਼ਿਆਂ ਦਾ ਕਾਰੋਬਾਰ? ਕੀ ਡੋਪ ਹੁਣ ਖਤਮ ਕਰੇਗਾ ਪੰਜਾਬ ਦੇ ਵਿੱਚ ਨਸ਼ਾ? ਕਿ ਜਿਹੜੇ ਨੌਜਵਾਨ ਨੇ ਉਹ ਸਿੱਧੇ ਰਾਹ ਪੈਣਗੇ ਇਸ ਡੋਪ ਟੈਸਟ ਤੋਂ? ਇਹ ਸਵਾਲ ਬਣਦੇ ਨੇ। ਔਰ ਜਿਹੜੇ ਪੰਜਾਬ ਦੇ ਵਿੱਚ ਵਸਦੇ ਲੋਕ ਨੇ ਉਹ ਇਸ ਮੁਤਲਕ ਕੀ ਕੁਝ ਕਹਿ ਰਹੇ ਨੇ ਉਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ, ਲੇਕਿਨ ਇਸ ਬ੍ਰੇਕ ਤੋਂ ਉਸ ਪਾਰ।